18 ਸਾਲਾਂ 'ਚ 818 ਬੱਚੇ ਹੋਏ ਲਾਪਤਾ, ਜਿਨ੍ਹਾਂ 'ਚੋਂ 722 ਪੁਲਿਸ ਨੇ ਲੱਭ ਲਿਆਂਦੇ, ਪਰ 93 ਬੱਚੇ ਹਾਲੇ ਵੀ ਨੇ ਲਾਪਤਾ। ਕਿੱਥੇ ਗਏ ਇਹ ਸਾਰੇ ਮਾਸੂਮ? ਕਿਸੇ ਨੇ ਵੇਚਤੇ ਜਾਂ ਬਣਾਏ ਬੰਧੂਆ ਮਜ਼ਦੂਰ? ਬਠਿੰਡਾ ਦੇ ਸ਼ਖਸ ਦੀ ਆਰਟੀਆਈ ਨੇ ਕੀਤਾ ਵੱਡਾ ਖੁਲਾਸਾ, ਤਾਂ ਪੁਲਿਸ ਤੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪਿਛਲੇ 18 ਸਾਲਾਂ ਦੇ ਵਿੱਚ ਪੂਰੇ ਪੰਜਾਬ ਭਰ 'ਚੋਂ 818 ਬੱਚੇ ਲਾਪਤਾ ਹੋਏ, ਜਿਨ੍ਹਾਂ ਦੇ ਵਿੱਚੋਂ ਪੁਲਿਸ ਨੇ 722 ਲੱਭ ਲਿਆਂਦੇ। ਉਹਨਾਂ ਦੇ ਵਿੱਚੋਂ ਕਈਆਂ ਨੂੰ ਲੱਭਣ 'ਚ ਕਈ ਸਾਲ ਲੱਗੇ ਅਤੇ ਕੁਝ ਕਈ ਘੰਟਿਆਂ 'ਚ ਹੀ ਲੱਭ ਗਏ। ਹੁਣ ਤੁਹਾਨੂੰ ਦੱਸ ਦਈਏ ਕਿ 818 ਦੇ ਵਿੱਚੋਂ 722 ਤਾਂ ਲੱਭ ਗਏ, ਪਰ 93 ਬੱਚੇ ਹਾਲੇ ਵੀ ਲਾਪਤਾ ਨੇ। ਨਾ ਹੀ ਬੱਚੇ ਮਿਲੇ ਅਤੇ ਨਾ ਹੀ ਉਹਨਾਂ ਦਾ ਕੋਈ ਸੁਰਾਗ ਮਿਲਿਆ, ਕਿਉਂਕਿ ਉਹਨਾਂ ਦੇ ਮਾਪਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਬੱਚੇ ਜਿਉਂਦੇ ਨੇ ਜਾਂ ਫਿਰ ਉਹਨਾਂ ਨੂੰ ਕੁਝ ਹੋ ਗਿਆ ਏ। ਮਾਪਿਆਂ ਦੇ ਹੰਝੂ ਜਿਹੜੇ ਨੇ ਉਹ ਰੋ ਰੋ ਕੇ ਸੁੱਕ ਚੁੱਕੇ ਨੇ, ਕਿਉਂਕਿ 18 ਸਾਲ ਬਹੁਤ ਸਮਾਂ ਹੁੰਦਾ ਏ। ਬੱਚੇ ਹੁਣ ਤੱਕ ਜਿਹੜੇ ਗੁਆਚੇ ਸੀ ਉਹ ਵੱਡੇ ਵੀ ਹੋ ਗਏ ਹੋਣਗੇ, ਤਾਂ ਕੁੱਲ 18 ਸਾਲਾਂ ਦੇ ਵਿੱਚ 818 ਬੱਚੇ ਲਾਪਤਾ ਹੋਏ, ਜਿਨ੍ਹਾਂ ਦੇ ਵਿੱਚੋਂ ਹੁਣ ਵੀ 93 ਬੱਚੇ ਲਾਪਤਾ ਨੇ। ਪੁਲਿਸ ਦਾ ਕੀ ਜਵਾਬ ਹੈ ਉਹ ਵੀ ਸੁਣਦੇ ਹਾਂ, ਅਤੇ ਜਿਸਦੇ ਵੱਲੋਂ ਇਹ ਆਰਟੀਆਈ ਦਾਖਲ ਕੀਤੀ ਗਈ ਉਸਦਾ ਵੀ ਬਿਆਨ ਤੁਹਾਨੂੰ ਸੁਣਾਉਂਦੇ ਹਾਂ। ਪਲੱਸ ਇਹ ਵੀ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਜਿਹੜੇ ਬੱਚੇ ਅੱਜ ਤੱਕ ਮਿਸਪਲੇਸ ਹੋ ਚੁੱਕੇ ਆ, ਗੁੰਮ ਚੁੱਕੇ ਆ, ਅਤੇ ਉਹਨਾਂ ਵਿੱਚੋਂ ਜਿਹੜੇ ਬੱਚੇ ਟਰੇਸ ਹੋ ਚੁੱਕੇ ਆ, ਜਿਹੜੇ ਅਨਟਰੇਸ ਆ ਹਾਲ ਤੱਕ, ਅਤੇ ਜਿਹਨੇ ਡੈਡਬੋਡੀ ਮਿਲ ਚੁੱਕੇ ਆ, ਉਹਨਾਂ ਵਾਸਤੇ ਕੁਛ ਅੰਕੜੇ ਇਕੱਠੇ ਕੀਤੇ ਸੀ, ਉਹਨਾਂ ਦੇ ਖੁਲਾਸੇ ਕਰਨ ਜਾ ਰਹੇ। ਉਹਦੇ ਵਿੱਚ ਉਹ ਜੀ ਮੈਂ 2007 ਤੋਂ ਲੈ ਕੇ ਅਲੱਗ ਅਲੱਗ ਆਰਟੀਏ ਪਾ ਕੇ 2-3 ਆਰਟੀਏ ਪਾ ਕੇ ਅੰਕੜੇ ਲਿੱਤੇ ਗਏ ਆ ਬਠਿੰਡਾ ਜ਼ਿਲ੍ਹਾ ਦੇ ਰਿਗਾਰਡਿੰਗ ਵੀ, ਕਿੰਨੇ ਬੱਚੇ ਇਸ 'ਚੋਂ ਬਠਿੰਡਾ ਜ਼ਿਲ੍ਹਾ ਦੇ ਵਿੱਚੋਂ ਗੁੰਮ ਹੋ ਚੁੱਕੇ ਆ, ਕਿੰਨੇ ਉਹਨਾਂ ਵਿੱਚੋਂ ਮਿਲ ਚੁੱਕੇ ਆ, ਕਿੰਨੇ ਉਹਨਾਂ 'ਚੋਂ ਅੱਜ ਤੱਕ ਨਹੀਂ ਮਿਲੇ, ਅਤੇ ਕਿੰਨੀਆਂ ਦੀਆਂ ਡੈਡਬੋਡੀਆਂ ਮਿਲ ਚੁੱਕੀਆਂ ਨੇ। ਅਤੇ ਉਸ ਦੇ ਸੰਬੰਧ ਵਿੱਚ ਕੁਛ ਅੰਕੜੇ ਇਹੋ ਜਿਹੇ ਸਾਹਮਣੇ ਆਏ ਆ ਜਿਹੜੇ ਕਿ ਹੈਰਾਨ ਕਰਨ ਵਾਲੇ ਆ। ਸਭ ਤੋਂ ਦੱਸ ਦੇ ਮੈਂ ਅੱਜ ਕੱਲ੍ਹ ਲਗਭਗ 18 ਸਾਲ ਹੋ ਗਏ ਤਕਰੀਬਨ, 18 ਸਾਲ ਦਾ ਡਾਟਾ ਮੇਰੇ ਕੋਲ ਆਇਆ। ਉਹਦੇ ਵਿੱਚ 13 ਮਾਰਚ 2024 ਤੱਕ ਦੇ ਡਾਟੇ ਦੇ ਅਨੁਸਾਰ 818 ਬੱਚੇ ਮਿਸਪਲੇਸ ਹੋਏ ਬਠਿੰਡਾ ਪੂਰੇ ਜ਼ਿਲ੍ਹੇ ਦੇ ਵਿੱਚੋਂ, ਅਤੇ ਉਸ ਦੇ ਅਨੁਸਾਰ ਜੋ ਪੁਲਿਸ ਦੇ ਰਿਕਾਰਡ ਅਨੁਸਾਰ ਮੈਨੂੰ ਆਰਟੀ ਸੂਚਨਾ ਮਿਲੀ, ਉਸ ਦੇ ਅਨੁਸਾਰ 722 ਬੱਚੇ ਟਰੇਸ ਹੋ ਚੁੱਕੇ ਆ, ਮਿਲ ਚੁੱਕੇ ਆ ਯਾਨੀ ਕਿ। ਅਤੇ ਸਭ ਤੋਂ ਵੱਡੀ ਗੱਲ ਇਹ ਕਿ 93 ਬੱਚੇ ਅੱਜ ਤੱਕ ਵੀ ਉਹ ਅਨਟਰੇਸ ਹੀ ਹੈ। ਹੁਣ ਇਹ ਦੇਖੋ ਤੁਸੀਂ ਉਹ ਮਾਂ ਪਿਓ 'ਤੇ ਕੀ ਬੀਤਦੀ ਹੋਊਗੀ, ਜਿਨ੍ਹਾਂ ਦੇ 93 ਬੱਚਿਆਂ ਦੇ ਮਾਂ ਪਿਓ ਵੀ ਕੀ ਉਹਨਾਂ ਨੂੰ ਉਡੀਕਦੇ ਹੋਣਗੇ, ਨਾ ਉਹਨੂੰ ਮਰੇ ਸਮਝ ਸਕਦੇ ਆ, ਨਾ ਉਹ ਗੁੰਮੇ ਸਮਝ ਸਕਦੇ ਆ। ਉਹਨਾਂ ਇਹ ਵੀ ਉਮੀਦ ਰਹਿੰਦੀ ਵੀ ਅੱਜ ਮਿਲਿਆ ਕੱਲ੍ਹ ਮਿਲਿਆ, ਉਹ 93 ਬੱਚੇ ਅੱਜ ਵੀ ਉਹ ਮਿਸਪਲੇਸ ਹੈ ਯਾਨੀ ਕਿ ਟਰੇਸ ਨਹੀਂ ਹੋ ਸਕੇ ਆ। ਹਾਂ ਬੱਚੇ ਤਾਂ ਅੰਡਰ 18 ਹੀ ਕਹਾਂਗੇ ਜੀ। ਅਤੇ ਉਸ ਦੇ ਵਿੱਚੋਂ ਅੱਜ ਤੱਕ ਜੇ ਦੱਸਣ ਤਾਂ ਮੈਂ 3 ਡੈਡ ਬੋਡੀਆਂ ਮਿਲ ਚੁੱਕੀਆਂ ਨੇ, 2 ਡੈਡ ਬੋਡੀ ਤਾਂ 2011 ਸੰਚ ਮਿਲੀਆਂ ਸੀ ਪੁਲਿਸ ਨੂੰ, ਅਤੇ 2018 ਦੇ ਵਿੱਚ ਮਿਲ ਚੁੱਕੀ ਹੈ। ਕਿੰਨਾ ਵੱਡਾ ਲੱਗਦਾ ਮਾਮਲਾ ਇਹ ਤੁਹਾਨੂੰ? ਮਾਮਲਾ ਦੇਖੂੰਗਾ ਬਹੁਤ ਵੱਡਾ, ਕਿਉਂਕਿ ਲਾਸਟ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਲਾਸਟ ਵਾਲੇ ਜਿਹੜੇ 2-3 ਸਾਲ ਆਪਣੇ 2021-22 ਇਹਦੇ ਵਿੱਚ ਅੰਕੜੇ ਗੁੰਮਣ ਦੇ ਵੀ ਅੰਕੜੇ ਬਹੁਤ ਜ਼ਿਆਦਾ ਵਧੇ ਆ, ਅਤੇ ਜਿਹੜੇ ਅਨਟਰੇਸ ਬੱਚੇ ਰਹੇ ਆ ਉਹਨਾਂ ਦੇ ਬਹੁਤ ਜ਼ਿਆਦਾ ਅੰਕੜੇ ਵਧੇ ਆ। ਅਤੇ ਗੁੰਮ ਹੋਏ ਸਰ ਕੀ ਲੱਗਦਾ ਸਰ? ਅਤੇ ਸਭ ਤੋਂ ਵੱਧ ਇਹ 2021-22-23 ਵਿੱਚ ਹੋਏ ਆ, 88 ਬੱਚੇ ਸਿਰਫ 2022 ਦੇ ਵਿੱਚ ਇੱਕ ਸਾਲ ਦੇ ਵਿੱਚ ਮਿਸਪਲੇਸ ਹੋਇਆ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ, 2023-22 ਦੇ ਵਿੱਚੋਂ ਜੀ, ਅਤੇ ਯਾਨੀ ਕਿ ਉਹਦੇ ਵਿੱਚੋਂ ਸਿਰਫ 63 ਮਿਲੇ ਹਾਲੇ, ਅਤੇ ਯਾਨੀ ਕਿ 25 ਬੱਚੇ ਉਸ 'ਚੋਂ ਵੀ ਮਿਸਪਲੇਸ ਹੈ। ਅਤੇ ਯਾਨੀ ਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਵਾਸਤੇ ਬਹੁਤ ਗੰਭੀਰ ਵਿਸ਼ੇ ਹੈਗਾ, ਇਹਨੂੰ ਸੋਚਣਾ ਚਾਹੀਦਾ, ਇਸ 'ਤੇ ਤੁਰੰਤ ਮੀਟਿੰਗ ਰੱਖਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ, ਬਠਿੰਡਾ ਪ੍ਰਸ਼ਾਸਨ ਨੂੰ, ਅਤੇ ਦੇਖਣਾ ਚਾਹੀਦਾ ਵੀ ਇਹ ਅੰਕੜੇ ਕਿਉਂ ਵੱਧਦੇ ਜਾ ਰਹੇ ਡੇ ਬਾਈ ਡੇ, ਜਾਂ ਲਾਸਟ ਵਾਲੇ 2-3 ਸਾਲ ਦੇ ਵਿੱਚ ਅੰਕੜੇ ਕਿਉਂ ਵਧੇ ਹੈ। ਅਤੇ ਸਭ ਤੋਂ ਵੱਡੀ ਗੱਲ ਇਹ, ਚਲੋ ਅੰਕੜੇ ਜਿਹੜੇ ਵਧੀ ਵਧੇ, ਉਸ ਤੋਂ ਬਾਅਦ ਜਿਹੜੇ ਅਨਟਰੇਸ ਵਾਲੇ ਅੰਕੜੇ ਉਹ ਵੀ ਵਧੇ ਹੋਏ, ਯਾਨੀ ਕਿ ਬਹੁਤ ਬੱਚੇ ਅੱਜ ਤੱਕ ਟਰੇਸ ਹੀ ਨਹੀਂ ਹੋ ਸਕੇ। ਅਤੇ ਮੈਨੂੰ ਤਾਂ ਇਹ ਜਾਪਦਾ ਵੀ ਸ਼ਾਇਦ ਕੋਈ ਕਿਡਨੈਪਿੰਗ ਦੇ ਮਾਮਲੇ ਜਾਂ ਕੋਈ ਬੱਚਿਆਂ ਦੀ ਖਰੀਦ ਫਰੋਕ ਦੇ ਮਾਮਲੇ ਤਾਂ ਹੈ ਨਹੀਂ। ਪੁਲਿਸ ਨੂੰ ਇਸ ਲਈ ਪ੍ਰਸ਼ਾਸਨ ਦੀ ਸਮੇਂ ਬੈਠ ਕੇ ਮਿਲ ਕੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵੀ ਜਿਹੜੇ ਬੱਚੇ ਅਨਟਰੇਸ ਹੈ ਉਹਨਾਂ ਲਈ ਕੋਈ ਠੋਸ ਕਦਮ ਚੱਕਣੇ ਚਾਹੀਦੇ, ਤਾਂ ਕਿ ਇਹ ਅੰਕੜੇ ਗੁੰਮ ਹੋਣ ਵਾਲੇ ਵੀ ਅਤੇ ਅਨਟਰੇਸ ਵਾਲੇ ਵੀ ਨਾ ਸਾਹਮਣੇ ਆਉਣੇ ਨੇ ਆਂਕੜੇ 'ਚ। ਦੇਖੋ ਜਿਹੜੇ ਜਿਸ ਸੰਬੰਧੀ ਤੁਸੀਂ ਡਾਟਾ ਪੇਸ਼ ਕੀਤਾ, ਪਹਿਲਾਂ ਤਾਂ ਦਿਸ ਡਾਟਾ ਨੀਡਸ ਟੂ ਬੀ ਵੈਰੀਫਾਈਡ ਕਿ
ਮੈਂ ਇਸ ਨੂੰ ਪਰਸਨਲੀ ਚੈੱਕ ਕਰ ਲਵਾਂਗਾ। ਸੈਕਿੰਡਲੀ ਜਿਹੜੇ ਹੈਗੇ ਨੇ, ਜਦੋਂ ਵੀ ਸਾਡੇ ਕੋਈ ਮਿਸਿੰਗ ਬੱਚੇ ਦੀ ਕੰਪਲੇਂਟ ਆਉਂਦੀ ਹੈ, ਵੈਦਰ ਮੇਲ ਔਰ ਫੀਮੇਲ, ਸਾਡੇ ਵੱਲੋਂ ਜਿਹੜੀ ਹੈਗੀ ਤੁਰੰਤ ਜਿਹੜਾ ਹੈਗਾ ਐਕਸ਼ਨ ਲਿਆ ਜਾਂਦਾ, ਕਿਉਂਕਿ ਬੱਚੇ ਦਾ ਜਿਹੜਾ ਮਾਮਲਾ ਬੜਾ ਸੈਂਸਿਟਿਵ ਹੁੰਦਾ, ਅਸੀਂ ਤੁਰੰਤ ਹੀ ਉਹਦੇ 'ਚ ਐਫ ਆਈ ਆਰ ਜੋ ਵੀ ਬਣਦੇ ਸੈਕਸ਼ਨਸ ਹੈਗੇ ਆ ਰਜਿਸਟਰ ਕਰਕੇ ਸਾਡੇ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਅਤੇ ਮੋਸਟਲੀ ਜਿਹੜੇ ਹੈਗੇ ਨੇ, ਅਸੀਂ ਬੱਚੇ ਜਿਹੜੇ ਹੈਗੇ ਟਰੇਸ ਕਰਕੇ ਉਹਨੂੰ ਪੇਰੈਂਟਸ ਨੂੰ ਜਿਹੜੇ ਹੈਗੇ ਉਹਨਾਂ ਦੇ ਹੈਂਡਓਵਰ ਵੀ ਕਰ ਦਿੰਦੇ ਹਾਂ। 3-4 ਦਿਨ ਪਹਿਲਾਂ ਵੀ ਇੱਕ ਰਾਤ ਨੂੰ ਇੱਕ ਕਾਲ ਆਈ ਸੀਗੀ ਜਿਹਦੇ ਵਿੱਚ ਆਪਣੇ ਇੱਕ ਬਾਪ ਨੇ ਸਾਡੇ ਕੰਟਰੋਲ ਰੂਮ 'ਤੇ ਫੋਨ ਕੀਤਾ ਸੀਗਾ ਕਿ ਉਹਦੀ ਜਿਹੜੀ ਲੜਕੀ ਹੈ 10 ਸਾਲ ਦੀ ਲੜਕੀ ਮਿਸਿੰਗ ਸੀਗੀ। ਅਤੇ ਸਾਡੀ ਟੀਮ ਨੇ ਤੁਰੰਤ ਹੀ ਐਕਸ਼ਨ ਲੈਂਦੇ ਹੋਏ ਵਿਦਇਨ 2 ਆਵਰਸ ਜਿਹੜੀ ਹੈਗੀ ਲੜਕੀ ਟਰੇਸ ਕਰਕੇ ਅਸੀਂ ਉਹਦੇ ਪੇਰੈਂਟਸ ਦੇ ਹੈਂਡਓਵਰ ਵੀ ਕਰ ਦਿੱਤੀ ਗਈ ਸੀਗੀ। ਸੋ ਜਸਟ ਇੱਕ 1 ਐਗਜ਼ਾਮਪਲ ਹੈਗੀ, ਜਦੋਂ ਵੀ ਸਾਡੇ ਕੋਲ ਬੱਚੇ ਸੰਬੰਧੀ ਕੰਪਲੇਂਟ ਆਉਂਦੀ ਹੈ, ਸਾਡੇ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਹੋਇਆ ਜੋ ਵੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ, ਅਤੇ ਤੁਰੰਤ ਹੀ ਬੱਚਾ ਟਰੇਸ ਕਰਕੇ ਜਿਹੜਾ ਹੈਗਾ ਪੇਰੈਂਟਸ ਦੇ ਹਵਾਲੇ ਕੀਤਾ ਜਾਂਦਾ।